ਬਹੁਤ ਹੀ ਸਤਿਕਾਰਯੋਗ ਇਸ ਪਿੰਡ ਦੀ ਗੁਰੂ ਰੂਪ ਸਾਧ ਸੰਗਤ, ਮੇਰੀਆਂ ਮਾਤਾਵਾਂ, ਭੈਣਾਂ, ਬੱਚੇ, ਬਜ਼ੁਰਗ, ਸਾਡੇ ਨਾਲ ਆਏ ਕੌਸ਼ਲ ਬੂਕ ਜੀ, ਮੋਹਨ ਲਾਲ ਜੀ ਹੁਣੇ ਬੋਲ ਕੇ ਗਏ, ਇਸ ਪਿੰਡ ਦੇ ਸਰਪੰਚ ਸਾਹਿਬ, ਸਾਰੇ ਸਤਿਕਾਰਯੋਗ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਇੰਨੀ ਗਰਮੀ ਦੇ ਵਿੱਚ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਇੰਨੀ ਵੱਡੀ ਗਿਣਤੀ 'ਚ ਇੱਥੇ ਆਏ ਹੋ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਔਰ ਸਾਡਾ ਪਰਿਵਾਰ ਕਦੇ ਤੁਹਾਡਾ ਸਾਨ ਲਾਹ ਨਹੀਂ ਸਕਦਾ, ਕਿਉਂ ਤੁਸੀਂ ਇੰਨਾ ਮਾਣ ਸਤਿਕਾਰ ਇੱਜ਼ਤ ਸਾਨੂੰ ਦਿੱਤਾ ਹੈ, ਔਰ ਅੱਜ ਵੀ ਇਸ ਇਕੱਠ ਦੇ ਰੂਪ 'ਚ ਸਾਨੂੰ ਇੰਨਾ ਮਾਣ ਸਤਿਕਾਰ ਔਰ ਇੱਜ਼ਤ ਦੇ ਰਹੇ ਹੋ। ਔਰ ਟਿਕਟ ਜਿਹੜੀ ਹੈ ਇਹ ਤੁਹਾਡੇ ਇਸੇ ਪਿਆਰ ਸਦਕਾ ਹੀ, ਇਹ ਜਿਹੜੀ ਸਰਦਾਰ ਸ਼ੇਰ ਸਿੰਘ ਘਬਾਇਆ ਜੀ ਨੂੰ ਮਿਲੀ ਹੈ, ਇਹ ਕੋਈ ਟਿਕਟ ਉਹਨਾਂ ਨੂੰ ਨਹੀਂ ਮਿਲੀ, ਇਹ ਟਿਕਟ ਤੁਹਾਨੂੰ ਮਿਲੀ ਹੈ, ਕਿਉਂ ਪਾਰਟੀਆਂ 20 ਸਰਵੇ ਕਰਾਉਂਦੀਆਂ, ਨੈਸ਼ਨਲ ਪਾਰਟੀ ਹੈ, ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਦੀ ਟਿਕਟ ਮਿਲਣੀ ਸੌਖੀ ਨਹੀਂ। ਔਰ ਜਦੋਂ ਸਰਵੇ ਪਾਰਟੀ ਵਾਰ ਵਾਰ ਕਰਾਉਂਦੀ ਸੀ ਤਾਂ ਇੱਕੋ ਹੀ ਨਾਮ ਆਉਂਦਾ ਸੀ ਕਿ ਜੇ ਫਿਰੋਜ਼ਪੁਰੋਂ ਕੋਈ ਸੀਟ ਜਿੱਤ ਸਕਦਾ ਤਾਂ ਉਹ ਸਰਦਾਰ ਸ਼ੇਰ ਸਿੰਘ ਘਬਾਇਆ ਜਿੱਤ ਸਕਦਾ, ਉਹ ਸਿਰਫ ਤੁਹਾਡੇ ਇਸ ਪਿਆਰ ਸਦਕਾ ਹੀ ਟਿਕਟ ਮਿਲੀ। ਔਰ ਟਿਕਟ ਥੋੜ੍ਹੀ ਲੇਟ ਅਨਾਊਂਸ ਸੀ, ਜਿਹੜਾ ਕਿ ਥੋੜ੍ਹੇ ਦੇਰੀ ਬਾਅਦ ਵੀ ਮੈਂ ਇੱਥੇ ਆਪਦੇ ਹਲਕੇ ਦੇ ਵਿੱਚ ਕੰਪੇਨਿੰਗ ਸ਼ੁਰੂ ਕੀਤੀ, ਕੱਲ੍ਹ ਤੋਂ ਹੀ ਅਸੀਂ ਸ਼ੁਰੂ ਕੀਤੀ, ਕਿਉਂ ਸਾਰੇ ਹਲਕੇ 'ਚ ਵੀ ਜਾਣਾ ਪਿਆ, ਕਿਤੇ ਮਲੋਟ, ਮੁਕਤਸਰ, ਫਿਰੋਜ਼ਪੁਰ ਸਾਈਡ ਵੀ ਲੱਗੇ ਰਹੇ, ਕਿਉਂ ਇਹ ਹਲਕਾ ਤਾਂ ਆਪਣਾ, ਤੁਸੀਂ ਸਾਰੇ ਆਪਣੇ ਹੋ, ਇਹ ਪਰਿਵਾਰ ਹੈ ਆਪਣਾ ਇੱਕ, ਔਰ ਹਮੇਸ਼ਾ ਹੀ, ਔਰ ਤੁਹਾਨੂੰ ਫਿਕਰ ਹੈ ਇਸ ਇਲੈਕਸ਼ਨ ਦਾ, ਔਰ ਤੁਸੀਂ ਤਾਂ ਆਪ ਦੂਜੇ ਹਲਕਿਆਂ 'ਚ ਜਾ ਕੇ ਜਿਹੜਾ ਵੋਟਾਂ ਮੰਗਣੀਆਂ, ਕਿਉਂ ਇਲੈਕਸ਼ਨ ਹੀ ਤੁਹਾਡਾ। ਸੋ ਇਸ ਲਈ ਜਿਹੜੀ ਵੋਟ ਪਾਉਣੀ ਹੈ, ਜਿਹੜੇ ਵੀ ਆਪਣੇ ਸੱਜਣ ਮਿੱਤਰ ਆਸੇ ਪਾਸੇ ਫਿਰਦੇ ਆ, ਭਟਕਦੇ ਫਿਰਦੇ ਆ ਹੋਰ ਪਾਰਟੀਆਂ 'ਚ, ਉਹਨੂੰ ਸਮਝਾਓ ਕਿ ਵੋਟ ਇਸ ਵਾਰ ਸੋਚ ਸਮਝ ਕੇ ਪਾਈਏ। ਜੇ ਵੋਟ ਆਪਾਂ ਐਤਕੀ ਗਲਤੀ ਕਰ ਬੈਠੇ 2022 'ਚ, ਜਿਵੇਂ ਲੋਕਾਂ ਨੂੰ ਇਹ ਲੱਗਿਆ ਕਿ ਝਾੜੂ ਦੀ ਸਰਕਾਰ ਬਣਾਈਏ, ਪਤਾ ਨਹੀਂ ਝਾੜੂ ਵਾਲੇ ਰਾਤੋਂ ਰਾਤ ਕੀ ਜਾਦੂ ਦੀ ਛੜੀ ਚਲਾਉਣਗੇ ਤੇ ਸਾਰਾ ਕੁਛ ਹੀ ਬਦਲ ਜਾਏਗਾ, ਪਰ ਹੋਇਆ ਸਾਰਾ ਕੁਛ ਹੀ ਉਹਦੇ ਉਲਟ। ਆ 2.5 ਸਾਲਾਂ ਦੇ ਵਿੱਚ ਹਰ ਵਰਗ ਹੀ ਦੁਖੀ ਹੈ, ਚਾਹੇ ਕਿਸਾਨ ਹੈ, ਮਜ਼ਦੂਰ ਹੈ, ਚਾਹੇ ਛੋਟਾ ਵਪਾਰੀ ਹੈ, ਕੋਈ ਵੀ ਹੈ, ਸਾਰੇ ਦੁਖੀ ਹੈ। ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਜਿਹੜੇ ਝਾੜੂ ਵਾਲੇ ਨੇ ਕਿਹੋ ਜਿਹੇ ਕਰਤੇ, ਪਿਛਲੇ 2 ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇੱਕ ਵੀ ਇੱਟ ਨਹੀਂ ਲਾਈ, ਕੋਈ ਡਿਵੈਲਪਮੈਂਟ ਦਾ ਨਾ ਹੀ ਹੈ ਨਹੀਂ। ਔਰ ਆਪਣੇ ਪਿਛਲੀ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿੰਨੀ ਡਿਵੈਲਪਮੈਂਟ ਕਰਾਈ ਹੈ, ਹਰੇਕ ਪਿੰਡ ਦੇ ਵਿੱਚ ਲੱਖਾਂ ਰੁਪਏ ਆਏ ਆ, ਸੜਕਾਂ, ਨਾਲੀਆਂ, ਗਲੀਆਂ, ਸਕੂਲ ਕਿੱਡੇ ਸੋਹਣੇ ਪਿਛਲੀ ਵਾਰ ਬਣਾ ਕੇ ਦਿੱਤੇ। ਔਰ ਹੁਣ 2.5 ਸਾਲਾਂ ਦੇ ਵਿੱਚ ਚਾਹੇ ਲਾ ਐਂਡ ਆਰਡਰ ਦੀ ਗੱਲ ਕਰ ਲਓ, ਰੋਜ਼ ਕਤਲੇਆਮ ਹੁੰਦੇ ਆ, ਗੋਲੀਆਂ, ਡਕੈਤੀਆਂ, ਚੋਰੀਆਂ, ਸ਼ਰੇਆਮ ਹੁੰਦੀਆਂ, ਤੁਹਾਨੂੰ ਪਤਾ ਸਾਰਾ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਸਾਰੇ ਵੇਖਦੇ ਹੋ, ਔਰ ਕੋਈ ਕੰਟਰੋਲ ਨਾ ਦੀ ਚੀਜ਼ ਹੀ ਹੈ ਨਹੀਂ। ਨਸ਼ਾ ਕਿੰਨਾ ਵਿਖ ਰਿਹਾ, ਚਿੱਟੇ ਦਾ ਪਹਿਲਾਂ ਆਪਾਂ ਨਾ ਹੀ ਨਹੀਂ ਸੁਣਦੇ ਸੀ, ਆਹ ਹੁਣ 2.5 ਸਾਲਾਂ ਦੇ ਵਿੱਚ ਘਰ ਘਰ, ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਚਿੱਟਾ ਜਿਹੜਾ ਵੜ ਚੁੱਕਿਆ, ਹਰ ਜਗ੍ਹਾ 'ਤੇ ਜਿਹੜਾ ਚਿੱਟਾ ਉਹ ਮਿਲਦਾ, ਔਰ ਕਿਤੇ ਕੋਈ ਕੰਟਰੋਲ ਨਹੀਂ, ਕਿਸੇ ਕੋਈ ਕਾਰਵਾਈ ਨਹੀਂ ਹੋ ਰਹੀ। ਸੋ ਜਿਹੜਾ ਭਗਵੰਤ ਸਿੰਘ ਮਾਨ ਔਰ ਉਹਦੀ ਇੱਕ ਬੀਬੀ, ਉਹ ਵੀ ਚੁਟਕੀਆਂ ਮਾਰ ਮਾਰ ਕਹਿੰਦੀ ਸੀ ਕਿ MSP ਅਸੀਂ ਚੁਟਕੀ ਮਾਰ ਕੇ ਦੇ ਦਿਆਂਗੇ, ਕਿੱਥੇ ਗਈ ਉਹ MSP। ਸੋ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੰਮ ਕਿਵੇਂ ਕਰਨੇ ਆ, ਸਾਰੇ ਹੀ ਜਿਹੜੇ ਜਿੰਨੇ ਇਹਨਾਂ ਦੇ, ਚਾਹੇ MLA ਹੈ, ਚਾਹੇ ਭਗਵੰਤ ਸਿੰਘ ਮਾਨ ਹੈ, ਉਹ ਕਮੇਡੀਅਨ ਹੈ, ਉਹ ਚੁਟਕਲੇ ਸੁਣਾ ਕੇ ਜਿਹੜਾ ਉੱਥੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਾ ਦਿੰਦਾ ਹੈ। ਔਰ ਜਿਹੜੇ ਅਸਲੀ ਮੁੱਦੇ ਸੀ, ਮੇਰੀਆਂ ਮਾਤਾਵਾਂ ਭੈਣਾਂ ਖੜੀਆਂ, ਇਹ ਕਹਿੰਦਾ ਸੀ ਕਿ 1000 ਰੁਪਇਆ ਅਸੀਂ ਹਰੇਕ ਮਹੀਨੇ ਹਰੇਕ ਬੀਬੀ ਦੇ ਖਾਤੇ ਪਾਵਾਂਗੇ, ਕਿਸੇ ਦੇ ਖਾਤੇ ਕੋਈ ਰੁਪਈਆ ਨਹੀਂ ਆਇਆ। ਅੱਜ 26 ਮਹੀਨੇ ਹੋ ਗਏ, 26,000 ਰੁਪਇਆ ਇੱਕ ਔਰਤ ਦਾ ਭਗਵੰਤ ਸਿੰਘ ਮਾਨ ਮਨੇ ਬਕਾਇਆ ਬਣ ਗਿਆ। ਜੇ ਇੱਥੇ ਝਾੜੂ ਵਾਲੇ ਆਉਣ ਤਾਂ ਉਹਨਾਂ ਨੂੰ ਪੁੱਛਿਓ ਵੀ ਪਹਿਲਾਂ 26,000 ਰੁਪਇਆ ਇੱਕ ਦਾ ਲਿਆਓ, ਫਿਰ ਗੱਲ ਕਰਾਂਗੇ ਬਾਕੀ ਬਾਤ ਦੀ। ਪਰ ਪੈਸੇ ਹੈ ਨਹੀਂ, ਇਹ ਕਹਿੰਦੇ ਸੀ ਅਸੀਂ ਪੰਜਾਬ ਤੋਂ ਕਰਜ਼ਾ ਜਿਹੜਾ ਲਾਹ ਦਿਆਂਗੇ, ਔਰ ਕਰਜ਼ਾ ਲਾਹਣਾ ਤਾਂ ਕੀ, ਇਹਨਾਂ 66,000 ਕਰੋੜ ਰੁਪਇਆ ਇਹਨਾਂ 2 ਸਾਲਾਂ ਦੇ ਵਿੱਚ ਹੀ ਕਰਜ਼ਾ ਪੰਜਾਬ 'ਤੇ ਚੜਾ ਤਾ। ਔਰ ਜਿਹੜੇ ਕਹਿੰਦੇ ਸੀ ਅਸੀਂ ਆਮ ਇਨਸਾਨ ਆ,
ਕੋਈ ਅਸੀਂ ਸਿਕਿਉਰਿਟੀ ਨਹੀਂ ਲੈਣੀ, ਕੋਈ ਗੱਡੀ ਨਹੀਂ ਲੈਣੀ, ਕੋਈ ਸਰਕਾਰੀ ਘਰ ਨਹੀਂ ਲੈਣਾ। ਉਹ ਤੁਹਾਨੂੰ ਪਤਾ ਇਹਨਾਂ ਦੇ MLA ਦੋ ਦੋ ਜਿਪਸੀਆਂ ਅਤੇ 20-20 ਗਨਮੈਨ, ਔਰ ਭਗਵੰਤ ਸਿੰਘ ਮਾਨ ਜਿਹੜਾ ਉਹ 1000 ਤੋਂ ਵੱਧ ਜਿਹੜਾ ਸਿਕਿਉਰਿਟੀ ਰੱਖਦਾ, ਉਹਦੀ ਮਾਂ ਕੋਲ ਸਿਕਿਉਰਿਟੀ, ਉਹਦੀ ਭੈਣ ਕੋਲ ਸਿਕਿਉਰਿਟੀ, ਸਾਰਿਆਂ ਕੋਲ ਹੀ। ਸਰ ਉਹ ਬੋਝ ਕਿਹਦੇ 'ਤੇ ਹੈ? ਬੋਝ ਪੰਜਾਬ ਦੇ ਖਜ਼ਾਨੇ 'ਤੇ, ਔਰ ਖਜ਼ਾਨਾ ਕਿਹਦਾ? ਆਪਣੇ ਪੈਸਿਆਂ ਦਾ, ਆਪਣੇ ਦਿਲਾਏ ਟੈਕਸ ਦਾ ਖਜ਼ਾਨਾ ਹੈ ਪੰਜਾਬ ਸਰਕਾਰ ਦਾ। ਸੋ ਇਹ ਸਿੱਧਾ ਬੋਝ ਮੈਂ ਸਮਝਦਾ ਆਪਣੇ ਆਮ ਲੋਕਾਂ 'ਤੇ। ਪਿੰਡਾਂ ਦੇ ਵਿੱਚ ਨਰੇਗਾ ਨਹੀਂ ਚੱਲ ਰਹੀ, ਮਜ਼ਦੂਰ ਦੁਖੀ ਹੈ। ਔਰ ਰੇਤੇ ਦੀ ਗੱਲ ਕਰਦੇ ਸੀ, ਅਸੀਂ 5 ਰੁਪਏ ਫੁੱਟ ਰੇਤਾ ਦੇਵਾਂਗੇ, ਔਰ ਰੇਤਾ ਦੇਣਾ ਤਾਂ ਕੀ, ਜਿਹੜੇ ਵਿਚਾਰੇ, ਆਪਾਂ ਨੂੰ ਪਤਾ ਕਿ ਕੋਈ ਫਾਜ਼ਿਲਕਾ ਦੇ ਵਿੱਚ ਕੋਈ ਰੇਹੜੀਆਂ ਵਾਲਾ ਭਰ ਭੁਰ ਕੇ ਆਪਦਾ ਗੁਜ਼ਾਰਾ ਕਰਦੇ ਸੀ, ਕੋਈ ਚੁੱਲ੍ਹਾ ਬਾਲ ਪੈਂਦੇ ਸੀ, ਉਹ ਰੇਹੜੀਆਂ ਹੀ ਸਾਰੀਆਂ ਅੰਦਰ ਦੇ ਦੀਆਂ, ਸਾਰਿਆਂ ਦੇ ਪਰਚੇ, ਪਸ਼ੂਆਂ ਦੇ ਵੀ ਪਰਚੇ ਇਹਨਾਂ ਦੇ ਕਰਤੇ। ਔਰ ਹੁਣ ਉਹ ਇੱਥੋਂ ਦਾ MLA ਤੋਂ ਪਟਵਾਰੀ, ਤੁਹਾਨੂੰ ਪਤਾ 50-50 ਰੁਪਏ ਦੀ ਉਹ ਰੇਹੜੀਆਂ ਵਾਲੇ ਕੋਲ ਪਰਚੀ ਕੱਟਦੇ ਆ ਅਤੇ ਆਪਦਾ ਘਰ ਭਰਦੇ। ਸੋ ਇੱਕ ਸਾਰੇ ਆਪਦਾ ਘਰ ਭਰਨ ਲੱਗੇ ਹੋਏ ਆ। ਸਾਰੀਆਂ ਗੱਲਾਂ ਤੁਹਾਨੂੰ ਪਤਾ, ਇਹਨਾਂ 'ਤੇ ਗੱਲਾਂ ਕਰੀ ਜਾਈਏ ਤਾਂ ਸਵੇਰ ਹੋ ਜੂਗੀ। ਸੋ ਸਾਰੀਆਂ ਗੱਲਾਂ ਤੁਹਾਨੂੰ ਪਤਾ, ਆਪਾਂ MP ਚੁਣਨਾ, ਔਰ MP ਉਹ ਚੁਣੀਏ ਜਿਹੜਾ ਆਪਣੇ ਵਿੱਚੋਂ ਹੋਵੇ, ਆਪਣੇ ਵਰਗਾ ਹੋਵੇ। ਆਪਾਂ ਜਦੋਂ ਮਰਜ਼ੀ ਉਹਨੂੰ ਬਾਹੋਂ ਫੜ ਸਕਦੇ ਹੋਈਏ, ਜਦੋਂ ਮਰਜ਼ੀ ਉਹਨੂੰ ਉਹਦੇ ਨਾਲ ਸਿੱਧੀ ਫੋਨ 'ਤੇ ਗੱਲ ਕਰ ਸਕਦੇ ਹੋਈਏ, ਜਦੋਂ ਮਰਜ਼ੀ ਚਾਹੀਏ ਉਹਨੂੰ ਮਿਲ ਸਕੀਏ, ਔਰ ਉਹ ਜਿਹੜਾ MP ਤੁਹਾਡੀ ਗੱਲ ਸੁਣੇ ਔਰ ਤੁਹਾਡੀ ਗੱਲ ਦਿੱਲੀ ਦੇ ਵਿੱਚ ਪਾਰਲੀਮੈਂਟ 'ਚ ਰੱਖ ਸਕੇ, ਤਾਂ ਉਹ ਮੈਂ ਸਮਝਦਾ ਸਰਦਾਰ ਸ਼ੇਰ ਸਿੰਘ ਘੁਬਾਇਆ। 10 ਸਾਲ ਉਹ MP ਜਦੋਂ ਰਹੇ, ਉਹ ਦਿੱਲੀ ਦੇ ਵਿੱਚ ਹਰ ਮੁੱਦੇ 'ਤੇ ਉਹਨਾਂ ਨੇ ਆਵਾਜ਼ ਚੱਕੀ, ਚਾਹੇ ਮਜ਼ਦੂਰਾਂ ਦਾ, ਕਿਸਾਨਾਂ ਦਾ, ਛੋਟੇ ਵਪਾਰੀਆਂ ਦਾ, ਹਰੇਕ ਗੱਲ 'ਤੇ ਉਹਨਾਂ ਨੇ ਉੱਥੇ ਦਿੱਲੀ ਦੇ ਵਿੱਚ, ਔਰ ਕੰਮ ਵੀ ਕਰਾਏ ਆ। ਔਰ ਤੁਸੀਂ 5 ਸਾਲ ਸੁਖਬੀਰ ਸਿੰਘ ਬਾਦਲ ਵੀ MP ਵੇਖ ਲਿਆ, ਪਿਛਲੇ 12-5 ਸਾਲ ਸੁਖਬੀਰ MP ਸੀ, ਔਰ ਉਹਨੇ ਇੱਕ ਗੱਲ ਵੀ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਨਹੀਂ ਕੀਤੀ। ਉਲਟਾ ਉਹਨੂੰ ਚਾਹੀਦਾ ਸੀ ਕਿ ਇੱਥੇ ਲੋਕਾਂ ਦੀ ਆ ਕੇ ਗੱਲਬਾਤ ਸੁਣਦਾ, ਕਿਤੇ ਇੱਕ ਅੱਧਾ ਗੇੜਾ ਹੀ ਪਿੰਡਾਂ ਦੇ ਵਿੱਚ ਮਾਰ ਜਾਂਦਾ, ਉਹ ਤਾਂ ਵੋਟਾਂ ਲੈ ਕੇ ਚਲੇ ਗਿਆ, ਇੱਥੇ ਆਇਆ ਹੀ ਨਹੀਂ ਉਸ ਤੋਂ ਬਾਅਦ।